दोस्तों चोर दिल फिल्म आज रिलीज हो चुकी है ते लोकां दे व्यू जानते हैं क्योंकि फिल्म देख के आए ने साडे नाल वीर मौजूद है चोर दी फिल्म देख के आए हो किस तरह दी लगी फिल्म भाजी बहुत वधिया फिल्म आ एंड फिल्म देखण च वधिया स्वाद लग्या ते थिएटर भी फुल पे एंड पूरा इस करके वधिया फिल्म आ नजारा आंदा फिल्म देख के ते वधिया कॉमेडी है भोले दी एंड वधिया ਕਿਉਂਕਿ ਭੋਲੇ ਕਿੰਨੀ ਵਧੀਆ ਲੱਗੀ ਕੋਈ ਡਾਇਲੋਗ ਕੋਈ ਬੋਲਦਾ ਹੋਇਆ ਪਤਾ ਹੈ ਜਾਂ ਕੋਈ ਕਿਸ ਤਰ੍ਹਾਂ ਦੀ ਚੋਰੀ ਵਗੈਰਾ ਭਾਜੀ ਸਾਰੇ ਉਹਦੇ ਡਾਇਲੋਗ ਵਧੀਆ ਨੇ ਤੇ ਉਹਦੇ ਵਿੱਚ ਇਹੀ ਕਹਿੰਦਾ ਵੀ ਹਾਂ ਵੀ ਮੈਂ ਚੋਰੀ ਛੱਡ ਦੇਣੀ ਹੈ ਚੋਰੀ ਛੱਡ ਦੇਣੀ ਹੈ ਇਹ ਡਾਇਲੋਗ ਤਾਂ ਬਹੁਤ ਸੋਹਣਾ ਲੱਗਿਆ ਵੀ ਮੈਂ ਅੱਗੇ ਤੋਂ ਚੋਰੀ ਨਹੀਂ ਕਰਦਾ ਹੋਰ ਵੀ ਰਾਣਾ ਜੰਗ ਬਹਾਦਰ ਵੀ ਹੈ ਗੁੱਟੀ ਚਿੱਤਰਕਾਰ ਵੀ ਹੈ ਉਹਨਾਂ ਦੀ ਐਕਟਿੰਗ ਕਿਸ ਤਰ੍ਹਾਂ ਦੀ ਉਹਨਾਂ ਦੀ ਐਕਟਿੰਗ ਭਾਜੀ ਬਹੁਤ ਵਧੀਆ ਬਹੁਤ ਸੋਹਣੀ ਐਕਟਿੰਗ ਕਰ ਰੱਖੀ ਹੈ ਸਾਰੇ ਕਲਾਕਾਰਾਂ ਨੇ ਤੇ ਵਧੀਆ ਫਿਲਮਾਂ ਦੇਖਣ ਵਾਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਆ ਕੇ ਦੇਖੋ ਵਧੀਆ ਨਜ਼ਾਰੇ ਵਾਲੀ ਫਿਲਮ ਕੀ ਦਿਖਾਇਆ ਗਿਆ ਕੀ ਦੇਖ ਦੇ ਵਿੱਚ ਫਿਲਮ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਭਾਈ ਇਹੀ ਦਿਖਾਇਆ ਗਿਆ ਵੀ ਹਾਂ ਵੀ ਬੰਦਾ ਚੋਰੀ ਚੋਰੀ ਨਾ ਕਰੇ ਤੇ ਆਪਣਾ ਜਿਹੜਾ ਵੀ ਹੈ ਸਾਰਿਆਂ ਨਾਲ ਪਿਆਰ ਨਾਲ ਰਹੇ ਤੇ ਪਿਆਰ ਨਾਲ ਸਾਰਿਆਂ ਨੂੰ ਸਨੇਹਾ ਦੇ ਵੀ ਪਿਆਰ ਨਾਲ ਰਹੇ ਸਾਰਿਆਂ ਨਾਲ ਭਾਈ ਦੇਖਿਆ ਫਿਲਮ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਮੂਵੀ ਕੀ ਕੁਝ ਦੇਖਣ ਨੂੰ ਮਿਲਿਆ ਇਹਦੇ ਵਿੱਚ ਫਨੀ ਮੂਵੀ ਸੀ ਪੂਰੀ ਵਧੀਆ ਜੀ ਬੜੀ ਸੀ ਕੋਈ ਡਾਇਲੌਗ ਵਗੈਰਾ ਕੋਈ ਬੈਗ ਇੱਥੇ ਆਈ ਫਿਲਮ ਦੇਖੀ ਕਿਸ ਤਰ੍ਹਾਂ ਲੱਗੀ ਹੋਰ ਵੀ ਲੋਕ ਵੀ ਕਹੇ ਮੈਂ ਫਿਲਮ ਦੇਖ ਕੇ ਆਇਆ ਕਿਸ ਤਰ੍ਹਾਂ ਦੀ ਲੱਗੀ ਵਧੀਆ ਸੀ ਕੀ ਕੁਝ ਖਾਸ ਦੇਖਣ ਨੂੰ ਮਿਲਿਆ ਇਹਦੇ ਕਮੇਡੀ ਸੀਗੀ ਬਸ ਭੁੱਲੇ ਦੀ ਐਕਟਿੰਗ ਕਿਵੇਂ ਦੀ ਲੱਗੀ ਸੌਰੀ ਭੁੱਲੇ ਦੀ ਐਕਟਿੰਗ ਕਿਵੇਂ ਦੀ ਲੱਗੀ ਜੀ ਉਹ ਕੈਂਟ ਸੀ ਕੀ ਬੋਲਦਾ ਡਾਇਲੌਗ ਵਗੈਰਾ ਕੋਈ ਉਹ ਵਾਲਾ ਜਿਹੜਾ ਬਾਬੇ ਵਾਲਾ ਸੀ ਉਹ ਵਧੀਆ ਲੱਗਿਆ ਸੀਗਾ ਹੋਰ ਕਿਹਦੀ ਕਿਹਦੀ ਐਕਟਿੰਗ ਵਧੀਆ ਲੱਗੀ ਸਿੰਮੀ ਸੀਗੀ ਜਿਹੜੀ ਉਹਦੀ ਵੀ ਵਧੀਆ ਸੀਗੀ ਫਿਲਮ ਸੋਹਣੀ ਲੱਗੀ ਮਤਲਬ ਕਿ ਕਮੇਡੀ ਸੀ ਫਿਲਮ ਸਾਰੀ ਲੋਕ ਜੇ ਫਿਲਮ ਦੇਖ ਕੇ ਨਿਕਲ ਰਹੇ ਨੇ ਤੁਸੀਂ ਦੇਖ ਰਹੇ ਹੋ ਕਮੇਡੀ ਫਿਲਮ ਹੈ ਤੇ ਹੋਰ ਵੀ ਲੋਕ ਜਿਹੜੇ ਕਿ ਜਿਸ ਤਰ੍ਹਾਂ ਕਿ ਹੀਰੋਇਨ ਹੈ ਜਿਹੜੀ ਹੀਰੋਇਨ ਉਹਦੀ ਐਕਟਿੰਗ ਕਿਸ ਤਰ੍ਹਾਂ ਲੱਗੀ ਵਧੀਆ ਸੀ ਹੋਰ ਕੀ ਡਾਇਲੌਗ ਵਗੈਰਾ ਕਿਸ ਤਰ੍ਹਾਂ ਲੱਗਿਆ ਕਿ ਇਹਦਾ ਪਸੰਦ ਆਇਆ ਕੋਈ ਡਾਇਲੌਗ ਗੁੱਜੇ ਦੀ ਤਰ੍ਹਾਂ ਸਾਰੇ ਵਧੀਆ ਸੀ ਨੈਚੁਰਲ ਜੀ ਲੱਗ ਰਹੀ ਸੀ ਮੂਵੀ ਵੀ ਉਹਨਾਂ ਦੀ ਐਕਟਿੰਗ ਵੀ ਨੈਚੁਰਲ ਜੀ ਲੱਗ ਰਹੀ ਸੀ ਖਾਸ ਕੀ ਦੇਖਣ ਨੂੰ ਮਿਲਿਆ ਉਹਦੇ ਵਿੱਚ ਬਸ ਕਮੇਡੀ ਸੀ ਸਾਰੀ ਜ਼ਿਆਦਾਤਰ ਤਾਂ ਪਸੰਦ ਆ ਗਈ ਮਤਲਬ ਕਿ ਫਿਲਮ ਲੋਕਾਂ ਨੂੰ ਪਸੰਦ ਆਏਗੀ ਸਾਰੇ ਬਸ ਸਾਰੇ ਦੇਖੋ ਫੈਮਿਲੀ ਫਿਲਮਾਂ ਭੋਲੇ ਭਾਈ ਨੇ ਹੱਥ ਕਰਾਤੀ ਜੀ ਮੈਂ ਜੀ ਅੱਜ ਤੱਕ ਫਿਲਮ ਦੇਖੀ ਨਹੀਂ ਆਜੀ ਤਾਂ ਬੜੀ ਐਂਡ ਫਿਲਮ ਹੈ ਜਰੂਰੀ ਦੇਖਿਓ ਸਾਰੇ ਕੋਈ ਡਾਇਲੌਗ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਕੋਈ ਡਾਇਲੌਗ ਹੀ ਸਾਰੀ ਡਾਇਲੌਗ ਐਂਡ ਸੀ ਤਾਂ ਆਪਣਾ ਆ ਗਿਆ ਇੱਕ ਇੱਧਰ ਇੱਕ ਉੱਧਰ ਅੱਧਾ ਮੇਰੇ ਨਾਲ ਇਦਾਂ ਇਹ ਟ੍ਰੇਲਰ ਵੀ ਐਂਡ ਸੀ ਦਾ ਵੱਖਰੇ ਟ੍ਰੇਲਰ ਸੀ ਮੈਂ ਅੱਜ ਤੱਕ ਦੇਖਿਆ ਨਹੀਂ ਸਾਰਾ ਟ੍ਰੇਲਰ ਪਸੰਦ ਕੀ ਆਇਆ ਖਾਸ ਕੀ ਪਸੰਦ ਆਇਆ ਵਿੱਚ ਖਾਸ ਬਾਈ ਚ ਮੈਂ ਸਟੋਰੀ ਬੜੀ ਐਂਡ ਸੀ ਸਟੋਰੀ ਤਾਂ ਇੱਕਦਮ ਆ ਜਾਂਦਾ ਕਮੇਡੀ ਫਿਲਮ ਆ ਜਾਂਦੀ ਹੈ ਵਿੱਚ ਇੱਕਦਮ ਦੂਜੀ ਆ ਜਾਂਦੀ ਹੈ ਬੜੀ ਐਂਡ ਲੱਗੀ ਫਿਲਮ ਆਦੀ ਕਿਹੜਾ ਕਿਸ ਦੀ ਜਬ ਸਭ ਤੋਂ ਜ਼ਿਆਦਾ ਭੋਲੇ ਦੀ ਐਕਟਿੰਗ ਵਧੀਆ ਲੱਗੀ ਹਾਂ ਜੀ ਭੋਲੇ ਜੀ ਬੜੀ ਐਂਡ ਲੱਗੀ ਵੀਰ ਜੀ ਤੁਸੀਂ ਵੀ ਦੇਖ ਕੇ ਆਏ ਫਿਲਮ ਕਿਵੇਂ ਲੱਗੀ ਬਹੁਤ ਵਧੀਆ ਫਿਲਮ ਹੈ ਜੀ ਕੀ ਕੁਝ ਖਾਸ ਦੇਖਣ ਨੂੰ ਮਿਲਿਆ ਬਸ ਜੀ ਫੜੀ ਫਿਲਮ ਹੈ ਜੀ ਨਾਲ ਰਲ ਕੇ ਬੈਠਣ ਦੇਖਣ ਫਿਲਮ ਹੈ ਬਸ ਫੈਮਿਲੀ ਦੇ ਫੈਮਿਲੀ ਵਾਲੀ ਫਿਲਮ ਹੈ ਹੋਰ ਵੀ ਲੋਕ ਜਿਹੜੇ ਹੈ ਨਾ ਇੱਥੇ ਆਏ ਹੋਏ ਨੇ ਫਿਲਮ ਦੇਖ ਕੇ ਗੱਲ ਕਰ ਲੈਣੇ ਭਾਈ ਫਿਲਮ ਦੇਖ ਕੇ ਆਏ ਹੋ ਤੁਸੀਂ ਵੀ ਫਿਲਮ ਦੇਖ ਕੇ ਆਏ ਹੋ ਚੋਰ ਦੀ ਕਿਵੇਂ ਲੱਗੀ ਵਧੀਆ ਲੱਗੀ ਬਹੁਤ ਕੀ ਕੁਝ ਖਾਸ ਦੇਖਣ ਨੂੰ ਮਿਲਿਆ ਕਿ ਗੁੱਟੇ ਚਿੱਤਰਕਾਰ ਵੀ ਹੈ ਭੋਲਾ ਵੀ ਵਿੱਚ ਹਾਂਜੀ ਸਭ ਵਧੀਆ ਸੀਗਾ ਉਹ ਕੈਪਟਨ ਅਮਰੀਕਾ ਵਾਲਾ ਸੀ ਜ਼ਿਆਦਾ ਵਧੀਆ ਸੀ ਉਹ ਕੀ ਸੀ ਉਹ ਦਿਖਾ ਸਾਨੂੰ ਵੀ ਦੱਸ ਦਿਓ ਕੀ ਸੀ ਉਹਦੇ ਵਿੱਚ ਉਹ ਕੁਝ ਨਹੀਂ ਬਸ ਭੱਜਦੇ ਭੱਜਦੇ ਉੱਧਰ ਵੜ ਜਾਂਦੇ ਇੱਕ ਸ਼ਾਪ ਤੇ ਉੱਧਰ ਫਿਰ ਉਹ ਮਤਲਬ ਡਰੈਸ ਚੇਂਜ ਕਰਦੇ ਆ ਕੈਪਟਨ ਅਮਰੀਕਾ ਬੈਟਮੈਨ ਬਣ ਜਾਂਦੇ ਆ ਉਹ ਸੀਨ ਵਧੀਆ ਸੀ ਮਤਲਬ ਕਿ ਫਿਲਮ ਬਹੁਤ ਵਧੀਆ ਲੱਗੀ ਹੈ ਬਹੁਤ ਵਧੀਆ ਸੋ ਚੋਰ ਦੇਲ ਫਿਲਮ ਜਿਹੜੀ ਹੈਗੀ ਆ ਉਹ ਨੌਜਵਾਨਾਂ ਦੇਖੀ ਕਿਉਂਕਿ ਇਹਨਾਂ ਦਾ ਕਹਿਣਾ ਕਿ ਬਹੁਤ ਵਧੀਆ ਫਿਲਮ ਹੈ ਤੇ ਪਸੰਦ ਬਹੁਤ ਜ਼ਿਆਦਾ ਆਈ ਹੈ ਇਹਨਾਂ ਨੂੰ ਹੀਰੋਇਨ ਵੀ ਕੋਈ ਹੈਗੀ ਸੀ ਜਾਂ ਨਹੀਂ ਜਾਂ ਸਿੰਪਲ ਹੀਰੋ ਦੇ ਉੱਪਰ ਹੀ ਚੱਲ ਮੈਂ ਸਰ ਹਰ ਟਾਈਪ ਦੀ ਫਿਲਮ ਹੈ ਵੀ ਬੜੇ ਤੋਂ ਲੈ ਕੇ ਬੁੜੇ ਤੱਕ ਸਾਰੇ ਵੀ ਲੈ ਜਾਂਦੇ ਹਾਸਾ ਜਾਂ ਖੂਨ ਘੱਟ ਹੈ ਆਓ ਜੀ ਖੂਨ ਪੱਕਾ ਵਧੇਗਾ ਜੀ ਤੁਹਾਡਾ ਮੇਰੀ ਗਾਰੰਟੀ ਹੈ ਇੰਨੀ ਹਾਸੇ ਵਾਲੀ ਫਿਲਮ ਹੈ ਬਹੁਤ ਵਧੀਆ ਫਿਲਮ ਹੈ ਕਹਿੰਦੇ ਕਿ ਜ਼ਰੂਰ ਪਹੁੰਚੋ ਚੋਰ ਦਿਲ ਫਿਲਮ ਜਿਹੜੀ ਕਿ ਹਾਸੇ ਵਾਲੀ ਫਿਲਮ ਹੈ ਫੈਮਿਲੀ ਨੂੰ ਦੇਖਣ ਵਾਲੀ ਫਿਲਮ ਹੈ ਅਤੇ ਨੌਜਵਾਨਾਂ ਦੀ ਪਸੰਦ ਹੈ ਅਤੇ ਜ਼ਰੂਰ ਪਹੁੰਚੋ ਦੇਖਣ ਵਾਲਾ ਤੁਸੀਂ ਵੀ ਵੇਖਿਆ ਕਿ ਨੌਜਵਾਨਾਂ ਵੱਲੋਂ ਜਿਹੜੇ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਫਿਲਮ ਹੈ ਬਹੁਤ ਵਧੀਆ ਹੈਗੀ ਅਤੇ ਫੈਮਿਲੀ ਨਾਲ ਦੇਖਣ ਵਾਲੀ ਫਿਲਮ ਹੈ ਅਤੇ ਹਾਸਾ ਹੈਗਾ ਬਹੁਤ ਜ਼ਿਆਦਾ ਇਹਦੇ ਵਿੱਚ ਅਤੇ ਜ਼ਰੂਰ ਸਾਰੇ ਜਣੇ ਫਿਲਮ ਨੂੰ ਦੇਖਣ ਵਾਸਤੇ ਪਹੁੰਚੋ ਅਤੇ ਹੱਸ ਹੱਸ ਕੇ ਢਿੱਡਾਂ ਦੇ ਵਿੱਚ ਪੀੜਾ ਪਾਓ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ